ਪੰਜਾਬ ਵਿਚ ਹੋਰ ਹੀ ਨਜਾਇਜ਼ ਮਾਈਨਿੰਗ ਦੇ ਤੱਥ ਜਿਹੜੇ ਅੱਜ ਅੰਗਰੇਜ਼ੀ ਦੇ ਇੱਕ ਵੱਡੇ ਅਖਬਾਰ ਨੇ ਜਿਹੜੇ ਨਸ਼ਰ ਕੀਤੇ ਨੇ ਉਦੋਂ ਦੇਖ ਕੇ ਔਰ ਸੁਣ ਕੇ ਔਰ ਪੜ੍ਹ ਕੇ ਹੌਲ ਪੈਂਦੇ ਨੇ ਔਰ ਮੈਨੂੰ ਅਫਸੋਸ ਆ ਕਿ ਪੰਜਾਬ ਦੀ ਸਰਕਾਰ ਬਿਲਕੁਲ ਹੀ ਘੇਸਲ ਵੱਟੀ ਬੈਠੀ ਆ। ਪੰਜਾਬ ਸਰਕਾਰ ਬਿਲਕੁਲ ਹੀ ਪਰਵਾਹ ਨਹੀਂ ਕਰ ਰਹੀ। ਆਹ ਕਰੋੜਾਂ ਰੁਪਏ ਦਾ ਪੂਲਾ ਦੇਖੋ, ਕਰੋੜਾਂ ਰੁਪਏ ਦਾ ਪੂਲਾ, ਇਹ ਨਜਾਇਜ਼ ਮਾਈਨਿੰਗ। ਉਹ ਰਸਤੇ ਦੇਖੋ ਕਿੰਨੇ ਪਲ ਮਿੱਟੀ ਚੁੱਕ ਚੁੱਕ ਕੇ ਸਾਰਾ ਪਹਾੜ ਨਵੇਂ ਪਾਤੇ, ਨਵੇਂ ਰਾਹ ਪਾਤੇ, ਲੋਕਾਂ ਦੇ ਖੇਤ ਖਰਾਬ ਕਰਤੇ। ਆਹ ਕਰੋੜਾਂ ਰੁਪਏ ਦੇ ਨਾਲ ਬੜੇ ਪੁਲ ਜਿਹੜੇ ਨੇ ਡਿੱਗਣ ਦੇ ਕਿਨਾਰੇ ਹੋਏ ਪਏ ਨੇ। ਮਹਿਕਮੇ ਨੇ ਇੱਕ ਵਾਰੀ ਨਹੀਂ, ਦੋ ਦੋ ਤਿੰਨ ਤਿੰਨ ਵਾਰੀ ਰਿਪੋਰਟਾਂ ਕਰਤੀਆਂ ਸਰਕਾਰ ਦੇ ਸਾਹਮਣੇ, ਤੇ ਸਰਕਾਰ ਤੇ ਕੋਈ ਅਮਲ ਹੀ ਨਹੀਂ ਹੋ ਰਿਹਾ। ਔਰ ਸ਼ਰੇਆਮ ਜਾਣੀ ਪ੍ਰਸ਼ਾਸਨ ਦੀ ਸਹਿ ਤੇ ਸਰਕਾਰ ਦੇ ਇਸ਼ਾਰੇ ਤੇ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪੰਜਾਬ ਲੁੱਟਿਆ ਜਾ ਰਿਹਾ, ਪੰਜਾਬ ਕੁੱਟਿਆ ਜਾ ਰਿਹਾ, ਪੰਜਾਬ ਦੀ ਬਰਬਾਦੀ ਦੇ ਤਬਾਹੀ ਦੇ ਬਰੰਟ ਸਰਕਾਰ ਆਪਣੇ ਹੱਥਾਂ ਨਾਲ ਆਪ ਲਿਖ ਰਹੀ ਆ। ਔਰ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਜਿਹੜਾ ਹੱਸਦਾ ਵੱਸਦਾ ਖੇਡਦਾ ਪੰਜਾਬ ਸੀ, ਅੱਜ ਉਹ ਰੋਲਿਆ ਜਾ ਰਿਹਾ, ਅੱਜ ਪੰਜਾਬ ਨੂੰ ਰੋਂਦਿਆ ਜਾ ਰਿਹਾ, ਅੱਜ ਪੰਜਾਬ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ, ਪੰਜਾਬ ਨੂੰ ਲਾਵਾਰਸ ਛੱਡਿਆ ਜਾ ਰਿਹਾ। ਇੱਕ ਪਾਸੇ ਤਾਂ ਲੁੱਟਾਂ ਖੋਹਾਂ ਫਰੋਤੀਆਂ ਡਕੈਤੀਆਂ ਚੱਲ ਰਹੀਆਂ ਨੇ, ਦੂਜੇ ਪਾਸੇ ਨਜਾਇਜ਼ ਮਾਈਨਿੰਗ ਨੇ ਇਹ ਕਰੋੜਾਂ ਰੁਪਏ ਦੇ ਪੁਲ ਸੁੱਟਣ ਲਈ ਮਤਲਬ ਹਾਲਾਤ ਬਣਾ ਤੇ, ਅਤੇ ਇੱਕ ਪਾਸੇ ਨਸ਼ਿਆਂ ਦੀ ਬਹੁਤਾਤ ਨੇ ਸਾਡੀ ਜਵਾਨੀ ਖੋਰਤੀ, ਜਵਾਨੀ ਖਾ ਲਈ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਅਸੀਂ ਲੰਘ ਰਹੇ ਹਾਂ, ਅਤੇ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਚੁੱਪ ਕਰਕੇ ਬੈਠੀ ਆ। ਝੂਠ ਬੋਲਣ ਤੋਂ ਸਿਵਾਇ, ਲਾਰੇ ਲਾਉਣ ਤੋਂ ਸਿਵਾਇ, ਔਰ ਡਰਾਮੇਬਾਜ਼ੀ ਅਤੇ ਸ਼ੋਸ਼ੇਬਾਜ਼ੀ ਕਰਨ ਤੋਂ ਸਿਵਾਇ ਪੰਜਾਬ ਦੀ ਸਰਕਾਰ ਦੇ ਪੱਲੇ ਕੁਛ ਨਹੀਂ ਰਿਹਾ। ਅੱਜ ਪੰਜਾਬ ਦੇ ਲੋਕਾਂ ਦਾ ਸਰਕਾਰ 'ਤੇ ਵਿਸ਼ਵਾਸ ਉੱਠਿਆ, ਔਰ ਸਰਕਾਰ ਜਿਹੜੀ ਆ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਇੱਕ ਦਿਨ ਜਵਾਬਦੇਹ ਹੋਏਗੀ, ਔਰ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਨਿੰਮੋ ਝੋਣਾ ਹੋਣਾ ਪਏਗਾ ਜਿਸ ਤਰ੍ਹਾਂ ਦੀ ਬਰਬਾਦੀ ਦੇ ਤਬਾਹੀ ਦੇ ਬਰੰਟ ਸਰਕਾਰ ਖੁਦ ਲਿਖ ਰਹੀ ਆ। ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਇਹਦਾ ਨੋਟਿਸ ਲੈਣਾ ਚਾਹੀਦਾ। ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਉਹ ਗੱਲਾਂ ਬਾਤਾਂ ਨਾਲ ਨਹੀਂ ਹੁਣ ਸਰਨਾ, ਹੁਣ ਇਹ ਸ਼ੋਸ਼ੇਬਾਜ਼ੀ ਨਾਲ ਨਹੀਂ ਸਰਨਾ। ਇਹ ਜਿਹੜੇ ਨਜਾਇਜ਼ ਮਾਈਨਿੰਗ ਕਰਨ ਦਾ ਧੰਦਾ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ 1100 ਮਸ਼ੀਨ ਪਰਾਲੀ ਦੀ ਲਾਪਤਾ ਕਰਤੀ ਡਿਸਪੋਜ਼ ਆਫ ਕਰਨ ਵਾਲੀ, ਮਤਲਬ 155 ਕਰੋੜ ਰੁਪਏ ਦਾ ਸਕੈਂਡਲ ਹੋਇਆ ਖੜਾ, ਔਰ ਨਸ਼ਿਆਂ ਦੀ ਬਰਸਾਤ ਹੋਈ ਖੜੀ ਆ, ਇਹ ਸਾਰੀਆਂ ਗੱਲਾਂ ਦਾ ਨੋਟਿਸ ਲੈਣੇ ਮੁੱਖ ਮੰਤਰੀ ਸਾਹਿਬ। ਔਰ ਮੈਂ ਸਮਝਦਾ ਜੇ ਉਹਨਾਂ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਜਿਹੜਾ ਹੈ ਹੋਰ ਬਰਬਾਦੀ ਅਤੇ ਤਬਾਹੀ ਵੱਲ ਜਾਏਗਾ। ਕਦੇ ਪੰਜਾਬ ਦੇ ਲੋਕਾਂ ਨੇ ਸਾਹਿਬ ਭਗਵੰਤ ਸਿੰਘ ਮਾਨ ਨੂੰ ਮਾਫ਼ ਨਹੀਂ ਕਰਨਾ, ਇਹ ਕੁਤਾਹੀਆਂ ਬਦਲੇ, ਇਹ ਲਾਪਰਵਾਹੀਆਂ।